ਉਹੀ ਹੈ ਜੀ, ਉਹੀ ਹੈ। ਹਾਂਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ। ਜਿਵੇਂ ਇਸ ਵਾਰ ਦਾ ਸਾਡਾ ਉਦੇਸ਼ ਕੁਦਰਤੀ ਸੋਮੇ ਬਚਾਓ ਔਰ ਸਭ ਰੇਖ ਸਵਾਲੀ ਲਿਆਓ। ਪੀਏਯੂ ਕਿਸਾਨ ਮੇਲਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਕਿਸਾਨ ਮੇਲਾ ਕਰਾਇਆ ਜਾਂਦਾ ਹੈ, ਇੱਕ ਕੰਟੀਨਿਊਇੰਗ ਪ੍ਰੋਸੈਸ ਹੈ। ਇਹ ਸਾਲ ਦੇ ਵਿੱਚ ਦੋ ਵਾਰੀ ਕਰਾਇਆ ਜਾਂਦਾ ਔਰ ਡਾਕਟਰ ਬੋਸਲ ਫਰੀਦਕੋਟ ਦਾ ਖਾਸ ਧਿਆਨ ਰੱਖਦੇ ਹਨ। ਸੋ ਇੱਥੇ ਖੁਦ ਆਏ ਆ ਇਹ, ਮੈਂ ਇਹਨਾਂ ਨੂੰ ਪਹਿਲਾਂ ਜੀ ਆਇਆਂ ਕਹਿੰਦਾ। ਸਾਡੇ ਇਹਨਾਂ ਸਾਡੀ ਸਾਰੀ ਜਿਹੜੀ ਫੈਕਲਟੀ ਆ, ਸਾਡਾ ਜਿਹੜਾ ਸਾਰਾ ਸਟਾਫ ਹੈ ਪੀਏਯੂ ਦਾ, ਕਿਉਂਕਿ ਇਹਨਾਂ ਦੀ ਇੰਪੋਰਟੈਂਸ ਬਹੁਤ ਜ਼ਿਆਦਾ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਰਾਹ ਦੇ ਉੱਤੇ ਜਿਹੜਾ ਇਹ ਰਸਤਾ ਹੈ, ਇਹ ਸਾਡੇ ਖੇਤਾਂ ਵਿੱਚ ਹੀ ਉੱਗ ਜਾਂਦਾ, ਸਾਡੀ ਖੇਤੀਬਾੜੀ ਵਿੱਚ ਹੀ ਉੱਗ ਜਾਂਦਾ। ਔਰ ਖੇਤੀਬਾੜੀ ਤਾਂ ਕਾਮਯਾਬ ਹੋਏਗੀ ਜੇ ਉਹਨੂੰ ਅਸੀਂ ਆਧੁਨਿਕ ਢੰਗ ਤਰੀਕਿਆਂ ਨਾਲ ਕਰੀਏ। ਜਿਹੜੀ ਮਾਰਕੀਟਿੰਗ ਦੀਆਂ ਨਵੀਆਂ ਟੈਕਨੀਕਸ ਹੈ ਉਹ ਅਪਣਾਈਏ। ਪ੍ਰੋਸੈਸਿੰਗ ਦੇ ਜਿਹੜੇ ਯੂਨੀਵਰਸਿਟੀ ਵੱਲੋਂ ਆਜ਼ਾਦ ਕੀਤੀਆਂ ਹੋਈਆਂ ਟੈਕਨੀਕਸ ਹੈ ਉਹਨਾਂ ਨੂੰ ਅਪਣਾਈਏ। ਔਰ ਜਿਹੜੇ ਲੋਕ ਕਾਮਯਾਬ ਨੇ, ਜਿਹੜੇ ਰੋਲ ਮਾਡਲ ਨੇ, ਉਹਨਾਂ ਨੂੰ ਸ਼ੋਕੇਸ ਕਰੀਏ। ਸੋ ਇੱਥੇ ਬਹੁਤ ਸਾਰੇ ਜਿਹੜੇ ਉੱਦਮੀ ਆ ਜਿਨ੍ਹਾਂ ਨੇ ਆਪਦੀ ਪ੍ਰੋਸੈਸਿੰਗ ਕਰਕੇ, ਐਗਰੀਕਲਚਰ ਪ੍ਰੋਡਕਟਸ ਦੀ ਪ੍ਰੋਸੈਸਿੰਗ ਕਰਕੇ ਵੱਖ ਵੱਖ ਤਰ੍ਹਾਂ ਦੇ ਉਤਪਾਦ ਬਣਾਏ ਆ, ਉਹਨਾਂ ਨੂੰ ਇੱਥੇ ਸ਼ੋਕੇਸ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਐਜ਼ ਅ ਮਾਡਲ ਮਿਲਣ। ਉਹ ਨਵੇਂ ਬੀਜ ਜਿਹੜੇ ਬਿਮਾਰੀਆਂ ਨਾਲ ਵੱਧ ਲੜ ਸਕਦੇ ਆ ਉਹਨਾਂ ਨੂੰ ਇੱਥੇ ਸ਼ੋਕੇਸ ਕੀਤਾ ਗਿਆ। ਵੱਖ ਵੱਖ ਤਰ੍ਹਾਂ ਦੇ ਜਿਹੜੇ ਕੀਟਨਾਸ਼ਕ ਹੈ ਉਹਨਾਂ ਨੂੰ ਕਦੋਂ ਕਿਵੇਂ ਵਰਤਣਾ ਹੈ, ਮਿੱਟੀ ਦੀ ਪਰਖ ਕਿਵੇਂ ਕਰਨੀ ਹੈ, ਪਾਣੀ ਕਦੋਂ ਕਿੰਨਾ ਦੇਣਾ ਹੈ, ਕਿਸ ਟੈਕਨੀਕ ਨਾਲ ਦੇਣਾ, ਉਹ ਸਾਰੀਆਂ ਇੱਥੇ ਸ਼ੋ ਕੀਤੀਆਂ ਜਾਂਦੀਆਂ। ਔਰ ਇਹ ਇਕੱਲਾ ਇਹ ਨਹੀਂ ਵੀ ਇਕੱਲੇ ਅਸੀਂ ਸਟਾਲ ਲਾ ਦਿੱਤੀਆਂ, ਸੋ ਯੂਨੀਵਰਸਿਟੀ ਵੱਲੋਂ ਡਾਕਟਰ ਗੋਸਲ ਵੱਲੋਂ ਪੈਂਫਲੇਟ ਵੀ ਛਪਾਏ ਗਏ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਕਿਸਾਨ ਵੀਰ, ਸਾਡੇ ਭਰਾ ਜਿਹੜੇ ਖੇਤੀਬਾੜੀ ਨਾਲ ਜੁੜੇ ਆ ਜਾਂ ਖੇਤੀਬਾੜੀ ਸਹਾਇਕ ਧੰਦਿਆਂ ਨਾਲ ਜੁੜੇ ਆ, ਉਹ ਇਹਨਾਂ ਮੇਲਿਆਂ ਵਿੱਚ ਸ਼ਿਰਕਤ ਕਰਨ ਅਤੇ ਆਪਦੇ ਆਪ ਨੂੰ ਇੰਪਾਵਰ ਕਰਕੇ ਲਿਜਾਣ ਇੱਥੋਂ, ਤਾਂ ਕਿ ਪੰਜਾਬ ਨੂੰ ਜਿਹੜਾ ਅਸੀਂ ਰੰਗਲਾ ਪੰਜਾਬ ਆ ਉਹ ਜਲਦ ਤੋਂ ਜਲਦ ਬਣਾ ਸਕੀਏ। ਸੋ ਇਹਦੇ 'ਚ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਰਹਿੰਦਾ, ਪ੍ਰੈਸ ਦਾ ਬੜਾ ਯੋਗਦਾਨ ਤਾਂ ਫਰੀਦਕੋਟ ਵਾਲੀ ਪ੍ਰੈਸ ਦਾ ਤਾਂ ਵੈਸੇ ਹੀ ਮਤਲਬ ਪੰਜਾਬ ਦੇ ਵਿੱਚ ਨਾਂ ਹੈ। ਹਰੇਕ ਕੰਸਟਰਕਸ਼ਨ ਕੰਮ ਦੇ ਵਿੱਚ ਤੁਸੀਂ, ਕੰਸਟਰਕਟਿਵ ਕੰਮ ਦੇ ਵਿੱਚ ਤੁਸੀਂ ਅੱਗੇ ਹੋ ਕੇ ਸਾਥ ਦਿੰਦੇ ਹੋ। ਸੋ ਤੁਸੀਂ ਸਾਰੇ ਜਣੇ ਇੱਥੇ ਆਏ, ਤੁਹਾਡਾ ਧੰਨਵਾਦ ਵੀ ਸੀ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਲੁਧਿਆਣੇ ਚੱਲ ਕੇ ਇੱਥੇ ਆਈ ਹੈ, ਇਹਨਾਂ ਦਾ ਧੰਨਵਾਦ। ਔਰ ਜਿਹੜੇ ਕਿਸਾਨ ਵੀਰ ਔਰ ਜਿਹੜੇ ਉੱਦਮੀ ਇਸ ਮੇਲੇ ਦੇ ਵਿੱਚ ਭਾਗ ਲੈਣ ਆਏ ਉਹਨਾਂ ਨੂੰ ਮੈਂ ਜਿੱਥੇ ਜੀ ਆਇਆ ਕਹਿੰਦਾ, ਉੱਥੇ ਉਹਨਾਂ ਦਾ ਧੰਨਵਾਦੀ ਵੀ ਹੈ ਕਿ ਤੁਸੀਂ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਉਪਰਾਲੇ ਹੈ ਉਹਨਾਂ ਨੂੰ ਅੱਗੇ ਹੋ ਕੇ ਉਹਨਾਂ ਦੀ ਸਰਾਹਨਾ ਕਰਦੇ ਹੋ, ਉਹਨਾਂ ਨੂੰ ਮਾਣਦੇ ਹੋ। ਦੇਖੋ ਇਹ ਬੜੀ ਵੈਸੇ ਵਿਡੰਬਣਾ ਸੀ ਵੀ ਸਾਡਾ ਖੇਤੀ ਪ੍ਰਧਾਨ ਸੂਬਾ ਅਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਦੀ ਆਜ਼ਾਦੀ ਆਈ ਹੈ ਅਸੀਂ ਐਗਰੀਕਲਚਰ ਪੋਲਿਸੀ ਨਹੀਂ ਬਣਾਈ। ਸੋ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਪੋਲਿਸੀ ਲਗਭਗ ਤਿਆਰ ਹੈ, ਲੇਕਿਨ ਸਾਰੇ ਸਟੇਕ ਹੋਲਡਰਸ ਨਾਲ ਡਿਸਕਸ ਕਰਕੇ ਸਾਰੇ ਜਿਹੜੇ ਜਿਨ੍ਹਾਂ 'ਤੇ ਅਸਰ ਪੈਣਾ, ਕਿਸਾਨ ਹੋ ਗਏ, ਮਜ਼ਦੂਰ ਹੋ ਗਏ, ਕੰਜ਼ਿਊਮਰ ਹੋ ਗਏ, ਉਹਨਾਂ ਨਾਲ ਡਿਸਕਸ ਕਰਕੇ ਉਹਦੇ 'ਚ ਜੋ ਮਤਲਬ ਉਹਨੂੰ ਹੋਰ ਚੰਗੇਰਾ ਬਣਾ ਕੇ ਫਿਰ ਉਹਨੂੰ ਲਾਗੂ ਕੀਤਾ ਜਾਏਗਾ। ਸੋ ਪੋਲਿਸੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਲਗਭਗ ਤਿਆਰ ਹੈ। ਦੇਖੋ ਬੜਾ ਤੁਸੀਂ ਇੰਟਰਸਟਿੰਗ ਸਵਾਲ ਪੁੱਛਿਆ, ਇੱਕ ਸਾਜਿਸ਼ ਹੈ। ਐਗਰੀਕਲਚਰ ਜਿਹੜਾ ਸਬਜੈਕਟ ਹੈ ਉਹ ਸਟੇਟ ਸਬਜੈਕਟ ਹੈ, ਲੇਕਿਨ ਜਿਹੜੀ ਟ੍ਰੇਡ ਆਫ ਐਗਰੀਕਲਚਰ ਪ੍ਰੋਡਕਟਸ ਹੈ ਇਹ ਕੇਂਦਰ ਕੋਲ।
ਪੈਦਾ ਅਸੀਂ ਉਹੀ ਕਰਾਂਗੇ ਜਿਹੜੀ ਵਿਕੂਗੀ। ਹੁਣ ਜਿਹੜੇ ਉਹ ਤਾਂ ਇਹ ਚਾਹੁੰਦੇ ਆ ਪਾਲਸੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਵੀ ਅਸੀਂ ਸਿਰਫ ਕਣਕ ਦੇ ਝੋਨਾ ਹੀ ਬੀਜੀ ਜਾਈਏ, ਇਹੀ ਸਿਰਫ ਇਸੇ 'ਚ ਫਸੇ ਰਹੀਏ। ਅਤੇ ਜਿਹੜੇ ਦੂਜੇ ਆਹ ਮੱਕੀ ਮੁੱਕੀ ਵਾਲਾ ਜਿਹੜਾ ਕੰਮ ਹੈ, ਹੋਰ ਪ੍ਰੋਸੈਸ ਫੂਡ ਵਾਲਾ ਜਿਹੜਾ ਕੰਮ ਹੈ, ਉਹ ਸਾਰੇ ਦੋ ਚਾਰ ਜਿਹੜੇ ਬਿਜ਼ਨਸ ਘਰਾਣੇ ਵੱਡੇ ਜਿਹੜੇ ਇਹਨਾਂ ਨੂੰ ਜਹਾਜ਼ ਦਿੰਦੇ ਇਲੈਕਸ਼ਨ ਲੜਨ ਵਾਸਤੇ, ਉਹ ਵਰਤਣ। ਸੋ ਇਹ ਕਿਸਾਨ ਨੂੰ ਤਾਂ ਦੋਸ਼ੀ ਸਮਝਿਆ ਜਾ ਰਿਹਾ। ਸਾਨੂੰ ਤਾਂ ਤੁਸੀਂ ਜੋ ਕਹਿ ਰਹੇ ਹੋ ਅਸੀਂ ਬੀਜ ਕੇ ਦੇ ਦਿਆਂਗੇ, ਪੈਦਾ ਕਰਕੇ ਦੇ ਦਿਆਂਗੇ, ਕੁਆਲਿਟੀ ਦੇ ਦਿਆਂਗੇ। ਦੁਨੀਆਂ ਦੇ ਵਿੱਚ ਨਾ ਤਾਂ ਸਾਡੇ ਫਲਾਂ ਵਰਗਾ ਸਵਾਦ ਆ ਕਿਤੇ, ਨਾ ਸਾਡੀਆਂ ਸਬਜ਼ੀਆਂ ਵਰਗਾ ਕਿਤੇ ਸਵਾਦ ਹੈ, ਨਾ ਸਾਡੇ ਅੰਨ ਵਰਗਾ ਕਿਤੇ ਅੰਨ ਮਿਲਦਾ। ਸਾਰੀ ਦੁਨੀਆਂ 'ਚ ਮੰਗ ਹੈ, ਸਾਡੇ ਦੁੱਧ ਦੀ ਸਾਰੀ ਦੁਨੀਆਂ 'ਚ ਮੰਗ ਹੈ, ਲੇਕਿਨ ਇਹ ਕੇਂਦਰ ਸਰਕਾਰ ਦੀ ਜਿਹੜੀਆਂ ਇਹ ਮੈਂ ਕਹਿੰਦਾ ਵੀ ਬੇਈਮਾਨੀ ਵਾਲੀ ਨੀਤੀ ਹੈ, ਜਿਹਦੇ ਕਰਕੇ ਕਿਸਾਨ ਅੱਜ ਕਿਸਾਨ ਨਹੀਂ ਸਾਰੇ ਦੇਸ਼ ਦਾ ਕਿਸਾਨ, ਇਕੱਲਾ ਪੰਜਾਬ ਦਾ ਨਹੀਂ, ਸਾਰੇ ਦੇਸ਼ ਦਾ ਕਿਸਾਨ ਅੱਜ ਥੱਲੇ ਜਾ ਰਿਹਾ, ਉਹਦੇ ਨਿਘਾਰ ਵੱਲ ਜਾ ਰਿਹਾ। ਅਸੀਂ ਤਾਂ ਮਤਲਬ ਸਾਨੂੰ ਤੁਸੀਂ ਕਹੋ, ਤੁਸੀਂ ਦੱਸੋ ਵੀ ਕਿਹੜੀ ਚੀਜ਼ ਪੈਦਾ ਕਰਨੀ ਹੈ, ਲੀਚੀ, ਕੀਵੀ, ਜਿਹੜੇ ਫਲ ਡਰੈਗਨ ਫਰੂਟ ਮਤਲਬ ਜਿਹੜੇ ਇੱਥੋਂ ਦੇ ਹੁੰਦੇ ਨੇ ਅਸੀਂ ਉਹ ਵੀ ਇੱਥੇ ਪੈਦਾ ਕਰ ਦਿੰਦੇ ਹਾਂ। ਸੋ ਇਹ ਸਿਰਫ ਪਾਲਸੀ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਜੇ ਦੇਸ਼ ਨੂੰ ਸੱਚੀ ਵਿਸ਼ਵਗੁਰੂ ਬਣਾਉਣਾ ਤਾਂ ਉਹ ਕਿਸਾਨੀ ਦੇ ਥਰੂ ਹੀ ਬਣ ਸਕਦਾ। 60% ਲੋਕ ਸਾਡੇ ਕਿਸਾਨੀ ਦੇ ਸਿੱਧੇ ਨਿਰਭਰ ਆ ਸਾਡੇ ਦੇਸ਼ ਦੇ, ਅਤੇ ਤੁਸੀਂ ਮਤਲਬ ਪਾਲਸੀਆਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਕਿ ਕਿਸਾਨ ਕਿਸਾਨੀ ਛੱਡ ਜਾਣ। ਹੁਣ ਤਾਂ ਜਿਹੜੇ ਸਾਡੇ ਮਾਹਰ ਹੈ ਇਕਨੋਮਿਸਟ ਹੈ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਜਿਹੜੀ ਮੇਨ ਇਕਨੋਮਿਕਲ ਡਰਾਈਵਿੰਗ ਫੋਰਸ ਹੈ ਉਹ ਐਗਰੀਕਲਚਰ ਹੈ। ਸੋ ਇਹਨੂੰ ਕੇਂਦਰ ਸਰਕਾਰ ਨੂੰ ਆਪਣੀਆਂ ਜਿਹੜੀਆਂ ਪਾਲਸੀਆਂ ਦੇ ਵਿੱਚ ਤਬਦੀਲੀ ਕਰਨੀ ਪਵੇਗੀ। ਦੇਖੋ ਇਹਦੇ ਬਾਰੇ ਮੈਂ ਰਿਪੋਰਟ ਮੰਗਾ ਲੂੰਗਾ, ਲੇਕਿਨ ਮੈਂ ਇੱਕ ਵੱਡੀ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ। ਸਾਡਾ ਪੰਜਾਬ ਬਾਸਮਤੀ ਪੈਦਾ ਕਰਦਾ, ਦੁਨੀਆ ਦੀ ਬੈਸਟ ਬਾਸਮਤੀ ਸਾਡੇ ਪੰਜਾਬ, ਲੇਕਿਨ ਇਹਨਾਂ ਨੇ ਐਕਸਪੋਰਟ 'ਤੇ ਕੇਂਦਰ ਸਰਕਾਰ ਵਾਲਿਆਂ ਨੇ ਉਹ 'ਤੇ ਬੈਨ ਲਾਇਆ ਹੋਇਆ। ਸਾਰੀ ਬਾਸਮਤੀ ਨੂੰ ਇਹਨਾਂ ਦੇ ਜਿਹੜੇ ਦੋ ਚਾਰ ਜਿਹੜੇ ਵਪਾਰ ਕਾਰਪੋਰੇਟ ਘਰਾਣੇ ਉਹ ਖਰੀਦੀ ਜਾਂਦੇ ਆ। ਜਦੋਂ ਪੰਜਾਬ ਦੇ ਕਿਸਾਨ ਤੋਂ, ਹਰਿਆਣੇ ਦੇ ਕਿਸਾਨ ਤੋਂ, ਯੂਪੀ ਦੇ ਕਿਸਾਨ ਤੋਂ ਬਾਸਮਤੀ ਖਰੀਦੀ ਜਾਊਗੀ ਸਾਰੀ, ਉਹ ਸਸਤੇ ਭਾਅ ਥਰੋ ਅਵੇ ਪ੍ਰਾਈਸਿਸ 'ਤੇ, ਉਦੋਂ ਬਾਅਦ ਇਹਨਾਂ ਨੇ ਐਕਸਪੋਰਟ ਖੋਲ ਦੇਣੀ, ਮੁੜ ਕੇ ਉਹਨਾਂ ਨੂੰ ਅਰਬਾਂ ਦਾ ਫਾਇਦਾ ਪਾਉਣਾ। ਸੋ ਸਾਡੇ ਨਾਲ ਸਾਜਿਸ਼ ਹੋ ਰਹੀ ਹੈ, ਹਰ ਰੋਜ਼ ਸਾਜਿਸ਼ ਹੁੰਦੀ ਹੈ।